ਦਾ ਗੋਲਡੀ ਬਰਾੜ ਦੇ ਵੱਲੋਂ ਇੱਕ ਮਸ਼ਹੂਰ ਵਪਾਰੀ ਦੇ ਘਰ ਤੇ ਹਮਲਾ ਕਰਵਾਇਆ ਗਿਆ ਹੈ, ਫਾਇਰਿੰਗ ਕਰਵਾਈ ਗਈ ਹੈ। ਕਈ ਰੌਂਦ ਫਾਇਰ ਕਰਦਾ ਹੋਇਆ ਗੋਲਡੀ ਬਰਾੜ ਦਾ ਸ਼ੂਟਰ, ਜਿਸ ਦੀ ਹੁਣ ਵੀਡੀਓ ਵਾਇਰਲ ਹੋ ਰਹੀ ਹੈ, ਦੇਖ ਰਹੇ ਹੋ ਤਸਵੀਰਾਂ। ਗੱਡੀ ਦੇ ਵਿੱਚ ਬੈਠਾ ਇੱਕ ਸ਼ਖਸ ਜੋ ਕਿ ਗੋਲਡੀ ਬਰਾੜ ਦਾ ਹੀ ਸਾਥੀ ਹੈ, ਤੇ ਦੂਜੇ ਪਾਸੇ ਜਿਹੜਾ ਬਾਹਰ ਸ਼ਖਸ ਗੋਲੀਆਂ ਚਲਵਾ ਰਿਹਾ ਹੈ, ਗੋਲਡੀ ਬਰਾੜ ਦੇ ਵੱਲੋਂ ਭੇਜਿਆ ਹੋਇਆ ਸ਼ੂਟਰ ਹੈ। ਤਾਂ ਇੱਕ ਕਾਰੋਬਾਰੀ ਦੇ ਘਰ ਤੇ ਦੇਖੋ ਕਿੰਜ ਫਾਇਰਿੰਗ ਕਰਵਾ ਰਹੇ ਨੇ। ਪਹਿਲਾਂ ਤਾਂ ਕਾਰੋਬਾਰੀ ਨੂੰ ਇਹਨਾਂ ਦੇ ਵੱਲੋਂ ਫੋਨ ਕੀਤਾ ਜਾਂਦਾ ਹੈ, ਗੋਲਡੀ ਬਰਾੜ ਫਰੋਤੀ ਮੰਗਦਾ ਹੈ, ਰੰਗਦਾਰੀ ਮੰਗਦਾ ਹੈ। ਕਾਰੋਬਾਰੀ ਦੇ ਵੱਲੋਂ ਜਦ ਮਨਾ ਕੀਤਾ ਗਿਆ ਤਾਂ ਦੇਖੋ ਇੰਜ ਕਾਰੋਬਾਰੀ ਦੇ ਘਰ ਤੇ ਹਮਲਾ ਕਰਵਾ ਦਿੱਤਾ। ਤਾਂ ਗੋਲਡੀ ਬਰਾੜ ਭਾਰਤ ਸਰਕਾਰ ਦੇ ਨਾਲ ਨਾਲ ਵਿਦੇਸ਼ੀ ਸਰਕਾਰ ਯਾਨੀ ਕਿ ਕੈਨੇਡਾ ਸਰਕਾਰ ਦੇ ਵਿੱਚ ਸਿਰ ਦਾ ਦਰਦ ਬਣ ਗਿਆ ਹੈ, ਕਿਉਂਕਿ ਲਗਾਤਾਰ ਗੋਲਡੀ ਬਰਾੜ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹਾਲਾਂਕਿ ਗੋਲਡੀ ਬਰਾੜ ਦੇ ਵੱਲੋਂ ਇਸ ਵਾਰਦਾਤ ਦਾ ਜ਼ਿੰਮਾ ਨਹੀਂ ਲਿਆ ਗਿਆ, ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਇਹੀ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਦਾ ਹੀ ਸ਼ੂਟਰ ਹੈ ਜਿਸ ਦੇ ਵੱਲੋਂ ਇਹ ਫਾਇਰਿੰਗ ਕਰਵਾਈ ਗਈ ਹੈ। ਅਤੇ ਭਾਰਤੀ ਮੂਲ ਦਾ ਕਾਰੋਬਾਰੀ ਹੈ, ਭਾਰਤ ਦਾ ਰਹਿਣ ਵਾਲਾ ਕਾਰੋਬਾਰੀ ਹੈ, ਭਾਰਤੀ ਮੂਲ ਨਾਲ ਸੰਬੰਧ ਰੱਖਦਾ ਹੈ, ਪਰ ਰਹਿੰਦਾ ਕੈਨੇਡਾ ਦੇ ਵਿੱਚ ਹੈ, ਕਾਰੋਬਾਰ ਕੈਨੇਡਾ ਦੇ ਵਿੱਚ ਕਰਦਾ ਹੈ ਇੰਡੀਅਨ। ਤਾਂ ਇੰਡੀਅਨ ਬਿਜ਼ਨਸਮੈਨ 'ਤੇ ਗੋਲਡੀ ਬਰਾੜ ਦੇ ਵੱਲੋਂ ਫਾਇਰਿੰਗ ਕਰਵਾਈ ਗਈ ਹੈ, ਫਾਇਰਿੰਗ ਦੀ ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਕੈਨੇਡਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਫਾਇਰਿੰਗ ਕੀਤੀ ਗਈ ਹੈ। ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦੇ ਮੁਤਾਬਕ ਫਾਇਰਿੰਗ ਦੇ ਪਿੱਛੇ ਗੋਲਡੀ ਬਰਾੜ ਗੈਂਗ ਹੈ, ਗੋਲਡੀ ਬਰਾੜ ਗੈਂਗ ਦਾ ਇਹ ਸ਼ੂਟਰ ਹੈ ਜਿਸ ਦੇ ਵੱਲੋਂ ਤਾੜ ਤਾੜ ਕਰਕੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ। ਤਾਂ ਕੈਨੇਡਾ ਦੇ ਵਿੱਚ ਸ਼ੂਟ ਆਊਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਔਰ ਕੈਨੇਡਾ ਦੇ ਮੋਸਟ ਵਾਂਟਡ ਗੈਂਗਸਟਰ ਗੋਲਡੀ ਬਰਾੜ ਨੇ ਫਾਇਰਿੰਗ ਕਰਵਾਈ ਹੈ। ਸੂਤਰਾਂ ਦੀ ਗੱਲ ਕਰੀਏ ਤਾਂ 3 ਦਿਨ ਪੁਰਾਣੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਨਕਾਬਪੋਸ਼ ਫਾਇਰਿੰਗ ਕਰਦਾ ਹੋਇਆ ਘਰ ਉੱਤੇ ਨਜ਼ਰ ਆ ਰਿਹਾ ਹੈ, ਅਤੇ ਫਾਇਰਿੰਗ ਕਰਨ ਵਾਲਾ ਗੋਲਡੀ ਬਰਾੜ ਗੈਂਗ ਦਾ ਦੱਸਿਆ ਜਾ ਰਿਹਾ ਹੈ। ਤਾਂ ਇੱਕ ਬਿਜ਼ਨਸਮੈਨ ਜੋ ਕਿ ਭਾਰਤੀ ਮੂਲ ਦਾ ਬਿਜ਼ਨਸਮੈਨ ਦੱਸਿਆ ਜਾ ਰਿਹਾ ਹੈ, ਉਹਨਾਂ 'ਤੇ ਹਮਲਾ ਕਰਵਾਇਆ ਗਿਆ ਹੈ, ਘਰ 'ਤੇ ਹਮਲਾ ਕਰਵਾਇਆ ਗਿਆ ਹੈ। ਕੈਨੇਡਾ ਦੇ ਵਿੱਚ ਆਏ ਦਿਨ ਗੋਲਡੀ ਬਰਾੜ ਗੈਂਗ ਅਤੇ ਉਸਦੇ ਵਿਰੋਧੀ ਗੈਂਗ ਲੋਕਾਂ ਤੋਂ ਐਕਸਟੋਰਸ਼ਨ ਮਨੀ ਮੰਗਦੇ ਹੋਏ ਨਜ਼ਰ ਆਉਂਦੇ ਨੇ, ਮੰਗਦੇ ਹੋਏ ਕਾਲ ਰਿਕਾਰਡਿੰਗ ਵੀ ਕਈ ਵਾਰ ਵਾਇਰਲ ਹੋਈ ਹੈ। ਜੇਕਰ ਕੋਈ ਇਹਨਾਂ ਦੀ ਗੱਲ ਨਹੀਂ ਸੁਣਦਾ ਤਾਂ ਇਹ ਦੇਖੋ ਕਿੰਜ ਹਮਲਾ ਕਰਵਾਉਂਦੇ ਨੇ, ਇੰਜ ਫਾਇਰਿੰਗ ਕਰਵਾ ਕੇ ਡਰਾਉਂਦੇ ਨੇ ਅਤੇ ਪੈਸੇ ਹਾਸਲ ਕਰਦੇ ਨੇ। ਲਾਰੈਂਸ ਬਿਸ਼ਨੋਈ ਗੈਂਗ, ਗੋਲਡੀ ਬਰਾੜ ਗੈਂਗ, ਇਹਨਾਂ ਦੋਨਾਂ ਗੈਂਗਾਂ ਨੇ ਭਾਰਤੀ ਸਰਕਾਰ ਅਤੇ ਕੈਨੇਡੀਅਨ ਸਰਕਾਰ ਦੋਹਾਂ ਦੀ ਨੱਕ 'ਚ ਦਮ ਕਰਕੇ ਰੱਖ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਭਾਰਤ ਦੇ ਨਾਲ ਨਾਲ ਕੈਨੇਡਾ ਸਰਕਾਰ ਇਹਨਾਂ ਗੈਂਗਸਟਰਾਂ ਦੇ ਖਿਲਾਫ ਕੀ ਕਦਮ ਚੁੱਕਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਤਾਂ ਗੈਂਗਸਟਰਾਂ 'ਤੇ ਠੱਲ ਪਾਉਣ ਦੀ ਮੁਹਿੰਮ ਵਿੱਢੀ ਗਈ ਹੈ। ਲਗਾਤਾਰ ਗੈਂਗਸਟਰਾਂ ਨੂੰ ਠੱਲ ਪਾਉਣ ਦੇ ਲਈ ਐਨਕਾਊਂਟਰ ਕੀਤੇ ਜਾ ਰਹੇ ਨੇ। ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕੈਨੇਡਾ ਵਿਖੇ ਵੀ ਇਹਨਾਂ 'ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਅੱਗੇ ਵਾਂਗ ਗੋਲਡੀ ਬਰਾੜ ਲੁੱਕ ਛਿਪ ਕੇ ਰਹੇਗਾ, ਪੁਲਿਸ ਉਸਦਾ ਕੁਝ ਵੀ ਨਹੀਂ ਕਰ ਪਾਏ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਹਨਾਂ ਚਿਰ ਦੇਖੋ ਇਹ ਵੀਡੀਓ ਜਿਸ ਦੇ ਵਿੱਚ ਇੱਕ ਸ਼ਖਸ ਜੋ ਕਿ ਗੋਲਡੀ ਬਰਾੜ ਦਾ ਸ਼ੂਟਰ ਹੈ, ਉਹ ਇੱਕ ਕਾਰੋਬਾਰੀ ਦੇ ਘਰ 'ਤੇ ਹਮਲਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ।